ਮੈਂ ਕਹਿੰਦਾ ਜਿਹੜਾ ਵੀ ਬੰਦਾ ਇਹ ਵੀਡੀਓ ਦੇਖ ਰਿਹਾ ਉਹ ਟਿਪਸ 'ਤੇ ਗਿਣਾ ਸਕਦਾ ਕਿ ਉਹਦੇ ਨੋਨ 'ਚ, ਉਹਦੀ ਫੈਮਿਲੀ 'ਚ, ਉਹਦੇ ਫਰੈਂਡ ਸਰਕਲ 'ਚੋਂ 5 ਸਾਲਾਂ ਦੇ ਵਿੱਚ ਕਿੰਨੇ ਬੰਦੇ ਪੀ ਆਰ ਹੋਏ। ਅਤੇ ਕੰਪੇਅਰ ਕਰ ਲਓ ਆਸਟ੍ਰੇਲੀਆ ਅਤੇ ਯੂਕੇ ਨਾਲ, ਜਿਹੜਾ ਲਾਸਟ ਕੋਈ ਬੰਦਾ ਪੀ ਆਰ ਹੋਇਆ ਹੋਣਾ ਨਾ ਆਸਟ੍ਰੇਲੀਆ ਦੇ ਵਿੱਚ, ਉਹ ਕੋਈ 10 ਜਾਂ 12  'ਚ ਗਿਆ ਹੋਣਾ। ਅਤੇ ਯੂਕੇ ਦਾ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕੋਈ ਪੀ ਆਰ ਨਾਮ ਦੀ ਚੀਜ਼ ਹੈ ਵੀ ਕਿ ਨਹੀਂ, ਬਟ ਸਟਿਲ ਲੋਕ ਜਾਂਦੇ ਪਏ ਆ। ਚਲੋ ਇੱਕ ਉਹ ਡਿਫਰੈਂਟ ਪਾਰਟ ਆਫ ਸਟੋਰੀ ਹੈ, ਬਟ ਕੈਨੇਡਾ ਇਹ ਜੀ ਕੰਟਰੀ ਹੈ ਜਿਹੜੀ 5 ਸਾਲਾਂ ਦੇ ਵਿੱਚ ਤੁਹਾਨੂੰ ਪੀ ਆਰ ਦਵਾ ਸਕਦੀ ਹੈ, ਰਾਸਤਾ ਵਿਖਾ ਸਕਦੀ ਹੈ। ਹੁਣ ਅੱਜ ਦੀ ਰੇਟ 'ਚ ਲੋਕ ਰੌਲਾ ਪਾਉਂਦੇ ਪਏ ਆ ਜੀ ਬੀ ਸੀ 'ਚ ਪੀ ਆਰ ਨਹੀਂ ਹੁੰਦੀ, ਓਨਟੇਰੀਓ 'ਚ ਪੀ ਆਰ ਨਹੀਂ ਹੁੰਦੀ, ਬਟ ਹੋਰ ਪ੍ਰੋਵਿੰਸ ਵੀ ਹੈਗੀ ਹੈ, ਮੈਨੀਟੋਬਾ ਵੀ ਹੈਗੀ ਹੈ, ਸਸਕਾਚਵਨ ਵੀ ਹੈ, ਯੂਕੋਨ ਵੀ ਹੈ, ਬਹੁਤ ਸਾਰੇ ਪੀ ਐਨ ਪੀ ਦੇ ਆਪਸ਼ਨਸ ਹੈ। ਉਹ ਜਸਟ ਐਕਸਪਲੋਰ ਕਰਨਾ ਚਾਹੀਦਾ ਬੰਦਿਆਂ ਨੂੰ ਕਿ ਕਿੱਥੇ ਜਾ ਕੇ ਉਹਨਾਂ ਦੀ ਪੀ ਆਰ ਪੈ ਸਕਦੀ ਹੈ। ਨਾਲੇ ਸਭ ਤੋਂ ਮੇਨ ਚੀਜ਼ ਹਰਮਨ, ਪੈਸਾ ਯਾਰ, 25-30 ਲੱਖ ਰੁਪਇਆ ਲਾ ਕੇ ਜੇ ਕੈਨੇਡਾ 'ਚ ਆਪਾਂ ਬੈਠੇ ਹਾਂ, ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ 25-30 ਲੱਖ 'ਚ ਆਸਟ੍ਰੇਲੀਆ ਅਤੇ ਯੂਕੇ ਕੋਈ ਪੀ ਆਰ ਦਿੰਦਾ। ਪੀ ਆਰ 'ਤੇ ਦੂਰ ਦੀ ਗੱਲ, ਪੜ੍ਹਾਈ ਵੀ ਨਹੀਂ ਪੂਰੀ ਹੁੰਦੀ।